जिला फतेहगढ़ साहिब में आसमानी बिजली ने बरपाया कहर। आसमानी बिजली गिरने से 7 लोग जख्मी हुए और 1 की मौत हो गई। सुबह करीब 10 से 11 बजे के बीच यह घटना उस समय हुई जब तेज बारिश से बचने के लिए करीब 20-25 राहगीर खानपुर में पड़ते रेलवे फाटक के पास लगे बरगद के पेड़ के नीचे रुके थे कि तभी जोरदार बिजली गिर पड़ी और पेड़ के नीचे खड़े लोग इसकी चपेट में आ गए। बिजली के झटके से ये लोग दूर जा गिरे और गंभीर रूप से जख्मी हो गए, जिन्हें तुरंत फतेहगढ़ साहिब के सिविल हॉस्पिटल में भर्ती करवाया गया है। इस संबंध में सिविल सर्जन एनके अग्रवाल ने बताया कि बिजली गिरने से एक व्यक्ति की मौत हो गई है जबकि बाकी खतरे से बाहर हैं। वहीं SP एच रविंद्र पाल सिंह ने भी इस घटना की पुष्टि की है। फतेहगढ़ साहिब से संजय सैनी की खास रिपोर्ट। करिए कि लोग क्या हत्या कर लगे दफ्तर के भीतर फाटक बंद होने करके असि खड़ गए, फिर गड्डी आ गई, फिर मीह आया बहुत जबरदस्त। असि ना माड़ी माड़ी गणी तो पिपल के थले नोन लग गए, फिर मीह बहुत कंबल लगन लग गए। फिर जेड़ा आएगा उसे स्कूल के थले उठी खड़ी गए पिपल थले, जेड़ा आएगा पिपल सी असि 20-25 बंदे 20-25 बिच तो खेत आते नाले के बिच रुड़ गए बेचारे। एक हथ भी कर गड्डी आले सू लै जा डिगी पर उन्हें गड्डी खड़ाई नहीं रोकी नहीं उन्हें। फिर असि मैं घर दिन खिंच के उत्थे फाटक से लगी मैं चलो इतना ना उठ चलते आप उत्थे। फिर एक बाबा जी गए उन्होंने भी सट्टा लगे, वो कहते भी भाई आसमानी बिजली डिग्गी है भी डिग्गी है। मैं सानू पता सानू तो रुड़द पता लग जाए कुत्ते डुबी गए पग किसी चप्पल कि कोई पता नहीं बेहोश हो गए बेहोश हो गए। असि दो माड़े ठीक से भजे आए तुम कितो आए जी असि मलोर कौन कौन सी जी? मैं साढ़े घर अच्छा जी पूरे की कम आए थे असि ना रेफल न्यू कराने आये कराने दत्ता वैसे ओ तरीक बधाने आये। ठीक है जी। हां जी घर दे कहंदे भी मैं कल्ला जाऊं माने मैं जाऊंगी थोड़े नाल कहे तू की करेंगी चलो कोई रब ने वक्त टाले भी जेड़े मैं नाल आ गए। ਮਸਾਂ ਦਾ ਪਤਾ ਨੀ ਲੱਗਿਆ ਜੀ ਸੰਤਾਂ ਜਾਂ ਪਤਾ ਲੱਗਿਆ ਸਾਰੇ ਅਸੀਂ ਸਿੱਟੇ ਪਏ। ਹਾਂਜੀ ਉਸੇ ਟਾਈਮ ਬਿਜਲੀ ਪਈ। ਤੁਸੀਂ ਕਿੱਥੋਂ ਆਏ ਜੀ? ਅਸੀਂ ਹਰਮਾਨ ਸਿੰਘ ਦਾ ਇੱਕ ਮੇਰਾ ਭਰਾ ਸੀ ਦਾ ਨਾਮ ਡਰਾਈਵਰ ਹਰਮੇਸ਼ ਸਿੰਘ ਜੀ। ਅੱਛਾ ਜੀ। ਤੇ ਉਧਰ ਨੇ ਸੈਲ ਡੈਟੇ ਹੋ ਗਏ ਉਹਨਾਂ ਮੈਨੂੰ ਮੈਸੇਜ। ਹਾਂਜੀ ਇੱਕ ਮੈਸੇਜ। ਫਿਰ ਦੁਰਘਟਨਾ ਦੀ ਗੱਡੀ ਆ ਗਈ ਆਪਣੇ ਪੁਲਿਸ ਵਾਲਿਆਂ ਦੀ ਉਹ ਰੁਕੀ ਹੋਇਆ ਕਿਸੇ ਪਬਲਿਕ ਨੇ ਮੈਂ ਰਾਤ ਮੈਂ ਇੱਕ ਬੰਦੇ ਸਾਨੂੰ ਦੇਖੋ ਆ ਕੇ ਥੱਲੇ ਖੜੇ ਸੀ ਜੀ। ਹਾਂਜੀ ਜਦ ਫਾਟਕ ਬੰਦ ਸੀ ਤਾਂ ਬਿਜਲੀ ਗਿਰਨ ਕਰਕੇ ਸਾਰੇ ਖੇਤਾਂ ਚ ਗਿਰ ਗਈ। ਅੱਛਾ ਹਾਂਜੀ ਤੇ ਬੇਹੋਸ਼ ਹੋ ਗਈ ਉਹ ਬਾਅਦ ਕਿ ਬੇਹੋਸ਼ ਹੋ ਗਈ ਇੱਕ ਬਜ਼ੁਰਗ ਸੀ ਉਹਦਾ ਹੋਸ਼ ਨਹੀਂ ਆ ਰਿਹਾ ਸੀ। ਹਾਂਜੀ ਕਿੰਨੇ ਕੁ ਜਣੇ ਹੋਣਗੇ ਟੋਟਲ? ਅਸੀਂ 25 ਦੇ ਜਣੇ ਸੀ। ਅੱਛਾ ਜੀ ਹਾਂਜੀ ਬਜ਼ੁਰਗ ਵੀ ਸੀ ਲੇਡੀਜ਼ ਵੀ ਸੀ ਬੱਚੇ ਵੀ ਸੀ। ਠੀਕ ਬਿਜਲੀ ਗਿਰੀ ਹੈ ਜੀ ਇਹਦੇ ਚ ਆਪਣਾ ਇੱਕ ਬਰਾਡ ਡੈਡ ਹੈ ਤੇ 6 ਇੰਜਰਡ ਆਏ ਹੈ ਜਿਚੋ 1 ਇੰਜਰਡ ਦੇ ਸਿਰ ਦੇ ਵਿੱਚ ਚੋਟ ਲੱਗੀ ਹੈ ਉਹ ਸਟਿਚਿੰਗ ਹੋ ਗਈ ਹੈ ਬਿਲਕੁਲ ਠੀਕ ਹੈ ਬਾਕੀ 5 ਨੂੰ ਇਲੈਕਟ੍ਰਿਕ ਸ਼ੌਕ ਮਹਿਸੂਸ ਹੋਇਆ ਅਦਰਵਾਈਜ਼ ਦੇ ਆਰ ਫਾਈਨ ਦੇ ਆਰ ਆਊਟ ਆਫ ਆਲ 6 ਆਰ ਆਊਟ ਆਫ ਕੋਈ ਐਸੀ ਗੱਲ ਹੈ ਸਾਰੇ ਠੀਕ ਹੈ ਵੀ ਹੈਵ ਕੈਪਟ ਆਲ ਆਫ ਦੈਮ ਅੰਡਰ ਆਬਜ਼ਰਵੇਸ਼ਨ ਹਾਂ ਬਾਡੀ ਆ ਗਈ ਹੈ ਉਹਦੇ ਬੰਦੇ ਆਉਣਗੇ ਤੇ ਆਈਡੈਂਟੀਫਾਈ ਹੋ ਜਾਏਗਾ ਹਾਲੇ ਸਾਨੂੰ ਆਲ ਦੀਸ ਪੇਸ਼ੈਂਟਸ ਹੈਵ ਬੀਨ ਬ੍ਰੌਟ ਬਾਏ ਦਾ ਪੁਲਿਸ ਠੀਕ ਹੈ ਤੁਹਾਡੀ ਐਂਬੂਲੈਂਸ ਉੱਥੇ ਪੇਸ਼ੈਂਟਸ ਨੂੰ ਲੈ ਕੇ ਆ ਰਹੀ ਹੈ ਵੀ ਆਰ ਐਕਸਪੈਕਟਿੰਗ ਸਮ ਮੋਰ ਕੇਸਿਸ ਦੇਰ ਮਾਈਟ ਬੀ ਮੋਰ ਕੇਸਿਸ ਵੀ ਹੈਵ ਰਸ਼ 2 ਐਂਬੂਲੈਂਸਿਸ ਟੂ ਦੈਟ ਪਲੇਸ ਥੈਂਕ ਯੂ ਠੀਕ ਹੈ ਜਿਹੜਾ ਨਾ ਕਿਸੇ ਦਰਖਤ ਦੇ ਉੱਤੇ ਕਹਿੰਦੇ ਬਿਜਲੀ ਗਿਰੀ ਹੈ ਬਿਲਡਿੰਗ ਦੇ ਨਹੀਂ ਗਿਰੀ
ਖਾਨਪੁਰ ਫਾਟਕ ਤੇ ਲੋਕ ਖੜੇ ਸੀ, ਬਾਰਿਸ਼ ਪੈ ਰਹੀ ਸੀ ਅੱਜ ਔਰ ਅਚਾਨਕ ਬਿਜਲੀ ਡਿੱਗੀ ਹੈ, ਉਹਦੇ ਨਾਲ ਬੋਰਡ ਸੀਗਾ ਲੱਗੇ ਉੱਥੇ, ਲੋਕ ਮੀਂਹ ਦੇ ਕਰਕੇ ਉੱਥੇ ਖੜੇ ਸੀਗੇ, ਉਹਦੇ ਜਦੋਂ ਬਿਜਲੀ ਗਿਰਨ ਦੇ ਨਾਲ ਉਹ ਕਾਫੀ ਵੱਡਾ ਧਮਾਕਾ ਹੋਇਆ, ਉੱਥੇ 15-20 ਲੋਕ ਦੱਸ ਰਹੇ ਖੜੇ ਸੀ ਅਤੇ 12 ਬੰਦੇ ਦੱਸ ਰਹੇ ਵੀ ਇੰਜਰਡ ਹੋਏ ਆ ਔਰ ਉਹਨਾਂ 'ਚੋਂ ਸੱਤ ਅੱਠ ਇੱਥੇ ਆ ਚੁੱਕੇ ਨੇ ਔਰ ਹਰਮੇਸ਼ ਸਿੰਘ ਨੇ 65 ਜਿਹੜੇ ਓਲਡ ਨੇ ਔਰ ਉਹਨਾਂ ਦੀ ਡੈਥ ਹੋ ਗਈ, ਬਾਕੀ ਜਿਹੜੇ ਔਫਰ ਕਹਿੰਦੇ ਨੇ ਬਾਕੀ SDM ਔਰ ਉਹ ਵੀ ਆ ਗਏ ਨੇ ਔਰ DC ਸਾਹਿਬ ਧਿਆਨ 'ਚ ਵੀ ਲਿਆ ਤਾ ਹੈਗਾ, ਬਾਕੀ ਪੁਲਿਸ ਵੱਲੋਂ ਮੌਕੇ 'ਤੇ ਬਿਜਲੀ ਧਰਦੇ ਕਾਰਵਾਈ ਕੀਤੀ ਜਾ ਰਹੀ ਹੈ, ਕਮਿਊਨਿਟੀ ਸੀਗਾ ਵਾਰਸਾ, ਬਾਕੀ ਸਾਡੀ ਇਹੀ ਹੈਗੀ ਹੈ ਸਾਰੇ ਵਾਰਸਾ ਨੂੰ ਡਾਕਟਰ ਸਾਹਿਬ ਨਾਲ ਗੱਲ ਹੋ ਗਈ ਆ ਵੀ ਇਹਨਾਂ ਦਾ ਇਲਾਜ ਜਿਹੜਾ ਅੱਛੇ ਤਰੀਕੇ ਨਾਲ ਇਹਨਾਂ ਦਾ ਕਰਨ ਔਰ ਇਹਨਾਂ ਜੋ ਵੀ ਆਪਣੇ ਸਰਕਾਰੀ ਤੌਰ 'ਤੇ ਕਰ ਸਕਦੇ ਸਰ। ਬਾਕੀ ਕਿੱਥੇ ਦਾਖਲ ਕਰਵਾਏ ਨੇ ਜਿਹੜੇ ਬਾਕੀ? ਸਿਵਲ ਹੋਸਪਿਟਲ ਜੀ ਫਿਲਹਾਲ ਆਏ ਨੇ ਬੰਦੇ, ਬਾਕੀ ਅਜੇ ਉੱਥੋਂ ਆ ਗਏ ਸੀਗੇ, ਮੈਂ ਵੀ ਉਹਨਾਂ 'ਤੇ ਜ਼ਿਆਦਾ ਨਹੀਂ ਲੈ ਹੋਏਗੀ, ਜਿਹੜੇ ਥੋੜ੍ਹੇ ਸੀਗੇ ਉਹ ਆ ਗਏ ਆ, ਇੱਕ ਜ਼ਿਆਦਾ ਸੀਗੇ ਉਹ ਡੈਥ ਹੋ ਗਈ ਉਹਨਾਂ ਦੀ।